20000 ਰੁਪਏ ਰਿਸ਼ਵਤ ਲੈਂਦਿਆ ਪਟਵਾਰੀ ਰੰਗੇ ਹੱਥੀ ਕਾਬੂ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਨੇ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਦੋਲੋ ਵਿਖੇ ਤਾਇਨਾਤ ਇੱਕ ਪਟਵਾਰੀ ਨੂੰ 20000 ਰੁਪਏ ਰਿਸ਼ਵਤ ਲੈਂਦਿਆ ਰੰਗੇ ਹੱਥੀ ਕਾਬੂ ਕੀਤਾ ਹੈ ਇਸ ਸਬੰਧੀ ਐਸਪੀ ਵਿਜੀਲੈਂਸ ਤਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਰਵਿੰਦਰ ਸਿੰਘ ਨਾਂ ਦਾ ਪਟਵਾਰੀ ਜਸਵੰਤ ਸਿੰਘ ਨਾਂ ਦੇ ਵਿਅਕਤੀ ਤੋਂ ਵਿਰਾਸਤ ਦੇ ਇੰਤਕਾਲ ਬਦਲੇ 20000 ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ ਐਸਪੀ ਤਜਿੰਦਰ ਸਿੰਘ ਡੀ ਵਿਜੀਲੈਂਸ ਬਿਊਰੋ ਯੂਨਿਟ ਅੰਮ੍ਰਿਤਸਰ ਇਹ ਪਟਵਾਰੀ ਜਿਹੜਾ ਇਹ ਤਹਿਸੀਲ ਬਾਬਾ ਬਕਾਲਾ ਚ ਪਿੰਡ ਦੋਲੋ ਨੰਗਲਿਆ ਉਹ ਮਾਲ ਹਲਕਾ ਦੋਲੋ ਨੰਗਲ ਦਾ ਪਟਵਾਰੀ ਸੀਗਾ ਇਹ ਇੰਨੇ ਜਸਵੰਤ ਸਿੰਘ son of ਚੰਦ ਸਿੰਘ ਜਿਹੜਾ ਕਿ ਲੁਧਿਆਣਾ ਦਾ ਰੈਜ਼ੀਡੈਂਟ ਆ ਉਹਦੀ ਮਦਰ ਦੀ 2011 ਚ ਡੈਥ ਹੋ ਚੁੱਕੀ ਆ ਉਹਦਾ ਵਿਰਾਸਤ ਦਾ ਇੰਤਕਾਲ ਜਿਹੜਾ ਕਿਉਂਕਿ ਜਸਵੰਤ ਸਿੰਘ ਕੰਪਲੇਨੈਂਟ ਦਾ ਹੋਰ ਕੋਈ ਭੈਣ ਭਰਾ ਨਹੀਂ ਉਹ ਕਾਨੂੰਨਨ ਤੌਰ ਤੇ ਜਿਹੜਾ ਵਿਰਾਸਤ ਦਾ ਇੰਤਕਾਲ ਆ ਜਿਹੜਾ ਰੈਵਨਿਊ ਰਿਕਾਰਡ ਚ ਜਸਵੰਤ ਸਿੰਘ ਦੇ ਨਾਂ ਤੇ ਉਹ ਪਲੋਟ ਚੜਨਾ ਸੀ ਤੇ ਉਹਦੇ ਫਾਦਰ ਚੰਦ ਸਿੰਘ ਦੇ ਨਾਂ ਦੇ ਚੜਨਾ ਸੀ ਜਿਹੜਾ ਕਿ ਇੱਕ ਜਾਇਜ਼ ਕੰਮ ਸੀ ਇਹ ਫ੍ਰੀ ਫ੍ਰੀ ਆਫ ਕੋਸਟ ਹੋਣਾ ਚਾਹੀਦਾ ਸੀ ਇਹਦੀ ਖਾਤਰ ਪਟਵਾਰੀ ਰਵਿੰਦਰ ਸਿੰਘ ਨੇ 30000 ਰੁਪਏ ਦੀ ਡਿਮਾਂਡ ਕੀਤੀ ਫਿਰ ਕਿਹਾ ਕਿ ਤਾਂ ਮੈਂ ਤੇਰਾ ਇਹ ਕੰਮ ਕਰੂੰਗਾ 20000 ਰੁਪਏ ਅੱਜ ਹੀ ਤੂੰ ਜਿਹੜੇ ਆ ਮੈਨੂੰ ਬਤੌਰ ਰਿਸ਼ਵਤ ਦੇ ਕੇ ਜਾਏਂਗਾ ਫਿਰ ਕਿਰਾ ਕੰਮ ਉਹ ਅਸੀਂ ਕੰਪਲੇਂਟ ਉਹਦੀ ਤੇ ਕੇਸ ਰਜਿਸਟਰ ਕਰਕੇ मौके ਤੇ ਪਹੁੰਚ ਕੇ ਜਿਹੜੀ ਆ ਉਹ ਰਿਕਵਰੀ ਕਰਕੇ ਰੰਗੀ ਹਥੀ ਜਿਹੜਾ ਰਵਿੰਦਰ ਸਿੰਘ ਪਟਵਾਰੀ ਨੂੰ ਅਰੈਸਟ ਕਰ ਲਿਆ ਟੂਡੇ ਵੀ ਵਿਲ ਪ੍ਰੋਡਿਊਸ ਹਿਮ ਇਨ ਦਾ ਕੋਰਟ ਆਫ ਜੁਡੀਸ਼ੀਅਲ ਮੈਜਿਸਟਰੇਟ ਅੰਮ੍ਰਿਤਸਰ ਥੈਂਕ ਯੂ